ਪਿਛਲੇ ਸਾਲ ਵਿਜ਼ਟਰ ਵੀਜ਼ੇ 'ਤੇ ਆਪਣੀ ਭੈਣ ਨੂੰ ਨਿਊਜ਼ੀਲੈਂਡ ਮਿਲਣ ਆਏ ਇੱਕ ਪੰਜਾਬੀ ਨੌਜਵਾਨ ਦੀ ਕਿਸਮਤ ਉਸ ਵੇਲੇ ਬਦਲ ਗਈ ਜਦੋਂ ਨਿਊਜ਼ੀਲੈਂਡ ਪੁਲਿਸ ਵੱਲੋਂ ਇਸ ਨੌਜਵਾਨ ਦੀ ਪਰਸਨੈਲਿਟੀ ਨੂੰ ਦੇਖਦਿਆਂ ਉਸਨੂੰ ਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋਣ ਦੀ ਪੇਸ਼ਕਸ਼ ਕੀਤੀ ਗਈ। ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਸਤਿਅਮ ਗੌਤਮ ਨੇ ਲਿਖਤੀ ਅਤੇ ਪ੍ਰੈਕਟੀਕਲ ਟੈਸਟ ਪਾਸ ਕੀਤਾ ਅਤੇ ਪੁਲਿਸ ਨੇ ਉਸਨੂੰ ਕਰੈਕਸ਼ਨ ਅਫਸਰ ਭਰਤੀ ਕਰਕੇ 5 ਸਾਲ ਦਾ ਵਰਕ ਪਰਮਿਟ ਵੀ ਦੇ ਦਿੱਤਾ ਹੈ। ਦੱਸ ਦਈਏ ਕਿ ਪਹਿਲੀ ਵਾਰ ਹੋਇਆ ਹੈ ਕਿ ਵਿਜ਼ਟਰ ਵੀਜ਼ੇ 'ਤੇ ਆਏ ਕਿਸੇ ਪੰਜਾਬੀ ਨੌਜਵਾਨ ਨੂੰ ਨਿਊਜ਼ੀਲੈਂਡ 'ਚ ਪੁਲਿਸ 'ਚ ਭਰਤੀ ਹੋਣ ਦਾ ਅਫਸਰ ਮਿਲਿਆ ਹੋਵੇ। ਫਿਲਹਾਲ ਇਸ ਖਬਰ ਮਗਰੋਂ ਪੰਜਾਬ ਦੇ ਮੈਲਪੁਰ ਇਲਾਕੇ 'ਚ ਵੱਸਦੇ ਉਸਦੇ ਮਾਪੇ ਕਾਫ਼ੀ ਖੁਸ਼ ਦਿਖਾਈ ਦੇ ਰਹੇ ਨੇ। ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਜ਼ਟਰ ਵੀਜ਼ੇ 'ਤੇ, ਉਹਦੇ ਸਿਸਟਰ ਨੇ ਬੁਲਾਇਆ ਸੀਗਾ ਅਤੇ ਉਹ ਉੱਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ, ਜਿੱਦਾਂ ਮੇਰਾ ਜਵਾਈ ਹੈ ਜਿਸ ਤਰ੍ਹਾਂ ਦਮਾਦ ਮੇਰਾ, ਉਹ ਵੀ ਨਿਊਜ਼ੀਲੈਂਡ ਜੇਲਰ ਡਿਪਾਰਟਮੈਂਟ ਦੇ ਵਿੱਚ ਹੈ, ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੀ ਫਿਟਨੈਸ ਸਾਡੇ ਲੜਕਿਆਂ ਦੀ ਜ਼ਰੂਰਤ ਹੈ। ਅਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵੀਜ਼ੇ 'ਤੇ ਆਇਆ, ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ, ਤੁਸੀਂ ਇਹਨੂੰ ਪਹਿਲਾਂ ਟੈਸਟ ਦਵਾਓ। ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਅਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ। 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤਾਂ ਜੋ ਉਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ। ਫਿਰ ਉੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਇਹਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜੋਬ ਦਿੱਤੀ। ਅਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਕਦੋਂ ਵਾਪਸ ਆਉਣਾ ਹੈ, ਅਤੇ ਬੇਟੀ ਨੇ ਫਿਰ ਸਾਨੂੰ ਕਿਹਾ ਵੀ ਨਹੀਂ, ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ, ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ। ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਇੱਦਾਂ ਹੈ। ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ, ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗੌਰਮੈਂਟ ਜੋਬ ਮਿਲ ਗਈ ਹੈ। ਅਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ। ਹੁਣ ਤਾਂ ਫਿਰ ਮੈਂ ਕੁਛ PR ਵਗੈਰਾ ਜੋ ਵੀ ਹੈ 5 ਸਾਲ ਬਾਅਦ ਹੀ ਆਊਂਗਾ, ਅਤੇ ਨਾਲੇ ਫਿਰ ਆਪਣੇ ਏਰੀਏ 'ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਛ ਬਣ ਕੇ ਆਇਆ ਹੈ। ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ 'ਤੇ, ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਅਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ। ਅਤੇ ਉਹਨੂੰ ਜਿਹੜੀ ਉਹਦੀ ਤਪੱਸਿਆ ਹੈ, 12 ਸਾਲ ਦੀ ਤਪੱਸਿਆ ਸਫਲ ਹੋ ਗਈ। ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮੈਂ ਆਹ ਨਹੀਂ ਖਾਣਾ, ਮੈਨੂੰ ਵੀ ਬਹੁਤ ਕਹਿੰਦਾ ਸੀ ਮੰਮਾ ਆਹ ਨਾ ਕਰੋ ਉਹ ਨਾ ਕਰੋ, ਅਤੇ ਮੈਨੂੰ ਵੀ ਉਹਨੇ ਬਹੁਤ ਉੱਦਾਂ ਹੈਲਥ ਇਸ਼ੂ ਸੀਗੇ, ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਹੈ। ਅਤੇ ਹੁਣ ਉੱਧਰਲੀ ਸਰਕਾਰ ਨੇ ਮੁੱਲ ਪਾ ਦਿੱਤਾ ਹੈ ਉਹਦਾ, ਅਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋ ਰਹੀ ਹੈ। ਮੇਰੇ ਮਾਇੰਡ 'ਚ ਤਾਂ ਹੈ, ਸਾਡੇ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਵੇਟ ਕਰਦੇ ਸੀਗੇ। ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ, ਮੈਂ ਅਫਸਰਾਂ ਨੇ ਦੇਖਿਆ, ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ, ਅਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ, ਇਹੀ ਕਹਿ ਸਕਦੇ ਹਾਂ ਹੁਣ ਆਪਾਂ। ਹਾਂਜੀ, ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ, ਅਤੇ ਮੁੰਡਾ ਬਹੁਤ ਮਿਹਨਤੀ ਸੀ, ਅਤੇ ਉਹਦਾ ਪਤਾ ਨਹੀਂ ਲੱਗਾ ਕਦੋਂ ਜਵਾਨ ਹੋਇਆ ਅਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ। ਇਹ ਬਹੁਤ ਖੁਸ਼ੀ ਵਾਲੀ ਗੱਲ ਵਾ ਜੀ, ਅਤੇ ਸਾਨੂੰ ਪਤਾ ਲੱਗਾ ਵੀ ਉਹ ਬਾਹਰ ਪੁਲਿਸ 'ਚ ਭਰਤੀ ਹੋਇਆ ਗਿਆ ਅਤੇ ਇੱਥੋਂ ਘੁੰਮਣ ਸੀਗਾ ਜੀ, ਅਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅਤੇ ਬਸ ਹੁਣ ਅਸੀਂ ਇਹ ਗੱਲ ਕਹਿੰਦੇ ਵੀ ਉਹ ਦਿਨ ਦੁੱਗਣੀ ਰਾਜ ਉਗਣੀ ਤਰੱਕੀ ਕਰੇ ਜੀ, ਅਤੇ ਮਹਾਰਾਜ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਬਸ ਗਾਹਾਂ ਤੋਂ ਗਾਹਾਂ ਪੈਂਡੇ ਵੱਧਦਾ ਹੀ ਜਾਵੇ ਜੀ। ਇਲਾਕੇ 'ਚ ਰਿਸ਼ਤੇਦਾਰਾਂ 'ਚ ਸਾਰੇ ਪਾਸੇ ਐਨ ਸੈਲੇ ਦੇ ਵਿੱਚ ਸਾਰੇ ਪਾਸੇ ਐਨ ਵਾਹ ਵਾਹੀ ਹੋਈ ਪਈ ਆ ਵੀ ਸਾਡੇ ਸੈਲੇ ਦਾ ਮਾਣ ਵੀ ਮੁੰਡਾ ਹੋ ਕੇ ਨਿਕਲਿਆ, ਅਤੇ ਗਿਆ ਸੀ ਟੂਰਿਸਟ ਵੀਜ਼ੇ 'ਤੇ ਉੱਥੇ ਪੁਲਿਸ ਨੇ ਭਰਤੀ ਕਰ ਲਿਆ, ਸਭ ਅਚੰਬਿਤ ਆ ਜੀ ਇਸ ਗੱਲ ਤੋਂ। ਮੈਂ ਯਹਾਂ ਸਤਿਅਮ ਕੇ ਨਾ ਬਿਲਕੁਲ ਦੁਕਾਨ ਕੇ ਸਾਹਮਣੇ ਹਮਾਰੀ ਦੁਕਾਨ ਹੈ। ਸਤਿਅਮ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੈ, ਸ਼ੁਰੂ ਸੇ ਇਸਨੇ ਰੱਖਾ ਹੈ ਆਪਣਾ ਕਿ ਮੈਨੇ ਆਪਣਾ ਫਿਜ਼ੀਕਲ ਫਿਟਨੈਸ ਰੱਖਣੀ ਹੈ। ਇਸਕੀ ਮੰਮੀ ਪਹਿਲੇ ਬਹੁਤ ਜ਼ਿਆਦਾ ਹੈਲਦੀ ਥੇ, ਅਬ ਆਪ ਦੇਖ ਸਕਦੇ ਹੋ ਕਿ ਉਸਕੀ ਮੰਮਾ ਕੋ ਉਸਨੇ ਕਿਸ ਤਰ੍ਹਾਂ ਹੈਲਥ ਮੇਂ ਐਨ ਫਿਟਨੈਸ ਦੀ ਹੈ। ਔਰ ਹਮੇ ਵਾਕਈ ਯਕੀਨ ਨਹੀਂ ਹੋ ਰਹਾ ਕਿ ਉਹ ਵਹਾਂ ਸਰਕਾਰੀ ਜੋਬ ਪਰ ਹੋ ਗਿਆ ਹੈ, ਪਰ ਖੁਸ਼ੀ ਬਹੁਤ ਜ਼ਿਆਦਾ ਹੈ।
खुशी जो है वो तो हम संभाल ही नहीं पा रहे कि इतनी ज़्यादा खुशी है कि हमारा बच्चा हमारे सामने इतने छोटे से इतना बड़ा और आज कहाँ पहुँच गया वो।